ਹਾਂਜੀ ਪਹਿਲਾ ਕੁਐਸਚਨ ਦਿੱਤਾ ਗਿਆ ਹੈ ਭਾਰਤ ਦੇ ਰਾਸ਼ਟਰੀ ਝੰਡੇ ਤਿਰੰਗੇ ਦੀ ਜਾਣਕਾਰੀ ਆਪਾਂ ਕਿਹੜੇ ਦੇਸ਼ ਤੋਂ ਲਈ ਹੈ ਤਾਂ ਇਹਦਾ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਬੀ ਯਾਨੀ ਕਿ ਫਰਾਂਸ ਇਹ ਜਾਣਕਾਰੀ ਆਪਾਂ ਫਰਾਂਸ ਦੇਸ਼ ਤੋਂ ਲਈ ਹੈ ਬੀ ਬਿਲਕੁਲ ਸਹੀ ਆਨਸਰ ਬਣੇਗਾ ਨੈਕਸਟ ਭਾਰਤ ਦੇ ਰਾਸ਼ਟਰੀ ਝੰਡੇ ਤਿਰੰਗੇ ਵਿੱਚੋਂ ਚਿੱਟਾ ਰੰਗ ਕਿਸ ਦਾ ਪ੍ਰਤੀਕ ਹੈ ਤੁਹਾਨੂੰ ਪਤਾ ਹੋਵੇਗਾ ਆਪਣਾ ਜਿਹੜਾ ਭਾਰਤ ਦਾ ਰਾਸ਼ਟਰੀ ਝੰਡਾ ਤਿਰੰਗਾ ਹੈ ਤਾਂ ਇਹਦੇ ਕੁੱਲ ਤਿੰਨ ਰੰਗ ਹਨ ਤਾਂ ਇਹ ਪੁੱਛਿਆ ਗਿਆ ਕਿ ਇਹਦੇ ਵਿੱਚੋਂ ਚਿੱਟਾ ਰੰਗ ਕਿਸ ਦਾ ਪ੍ਰਤੀਕ ਹੈ ਤਾਂ ਆਨਸਰ ਹੋਵੇਗਾ অপਸ਼ਨ ਨੰਬਰ A ਯਾਨੀ ਕਿ ਸੱਚਾਈ ਅਤੇ ਸੱਚੇ ਆਚਰਣ ਦਾ ਹਾਂਜੀ ਕਿਹਦਾ ਪ੍ਰਤੀਕ ਹੈ ਆਨਸਰ ਹੋਵੇਗਾ ਸੱਚਾਈ ਅਤੇ ਸੱਚੇ ਆਚਰਣ ਦਾ ਇਸ ਤਰ੍ਹਾਂ ਬੱਜ ਜੇਕਰ ਆਪਾਂ ਗੱਲ ਕਰੀਏ ਜਿਹੜਾ ਗ੍ਰੀਨ ਕਲਰ ਹੈ ਜੋ ਹਰਾ ਤਾਂ ਉਹ ਹੈ ਸ਼ਾਂਤੀ ਅਤੇ ਹਰਿਆਲੀ ਦਾ ਪ੍ਰਤੀਕ ਹੈ ਇਸ ਤਰ੍ਹਾਂ ਬੱਜ ਜਿਹੜਾ ਕੇਸਰੀ ਕਲਰ ਹੈ ਉਹ ਹੈ ਤਿਆਗ ਅਤੇ ਕੁਰਬਾਨੀ ਦਾ ਤਾਂ ਇਹਨਾਂ ਗੱਲਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ ਇੱਥੇ ਇਹ ਬਿਲਕੁਲ ਸਹੀ ਆਨਸਰ ਬਣੇਗਾ ਨੈਕਸਟ ਆਪਾਂ ਦੇਖਦੇ ਹਾਂ ਭਾਰਤ ਦਾ ਰਾਸ਼ਟਰੀ ਚਿੰਨ ਜੋ ਕਿ ਅਸ਼ੋਕ ਦੇ ਸਤੰਭ ਤੋਂ ਲਿਆ ਗਿਆ ਹੈ ਇਸ ਨੂੰ ਭਾਰਤ ਸਰਕਾਰ ਦੁਆਰਾ ਕਦੋਂ ਅਪਣਾਇਆ ਗਿਆ ਸੀ ਅਜੀ ਭਾਰਤ ਦਾ ਜਿਹੜਾ ਰਾਸ਼ਟਰੀ ਚਿੰਨ ਹੈ ਜੋ ਕਿ ਅਸ਼ੋਕ ਦੇ ਸਤੰਭ ਤੋਂ ਆਪਾਂ ਲਿਆ ਤਾਂ ਇਸ ਨੂੰ ਭਾਰਤ ਸਰਕਾਰ ਦੁਆਰਾ ਅਪਣਾਇਆ ਗਿਆ ਸੀ 26 ਜਨਵਰੀ 1950 ਦੇ ਵਿੱਚ ਬੀ ਬਿਲਕੁਲ ਸਹੀ ਆਨਸਰ ਹੋਵੇਗਾ 26 ਜਨਵਰੀ 1950 ਦੇ ਵਿੱਚ ਇਸ ਨੂੰ ਅਪਣਾਇਆ ਗਿਆ ਸੀਗਾ ਬੀ ਕਰੈਕਟ ਆਨਸਰ ਬਣ ਜਾਵੇਗਾ ਨੈਕਸਟ ਆਪਾਂ ਦੇਖਦੇ ਹਾਂ ਪਾਰਤ ਦੇ ਰਾਸ਼ਟਰੀ ਗਾਣ ਜਨ ਗਨ ਮਨ ਦਾ ਅੰਗਰੇਜ਼ੀ ਦੇ ਵਿੱਚ ਅਨੁਵਾਦ ਕਦੋਂ ਕੀਤਾ ਗਿਆ ਸੀ ਤੁਹਾਨੂੰ ਪਤਾ ਹੋਵੇਗਾ ਪਾਰਤਾ ਜਿਹੜਾ ਰਾਸ਼ਟਰੀ ਗਾਣ ਹੈ ਜਨ ਗਨ ਮਨ ਤਾਂ ਇਹ ਰਚਨਾ ਹੈ ਰਬਿੰਦਰਨਾਥ ਟੈਗੋਰ ਦੀ ਤਾਂ ਇਸ ਦਾ ਜਿਹੜਾ ਅੰਗਰੇਜ਼ੀ ਦੇ ਵਿੱਚ ਅਨੁਵਾਦ ਹੈ ਕਦੋਂ ਕੀਤਾ ਗਿਆ ਸੀ ਤਾਂ ਇਹਦਾ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ অপਸ਼ਨ ਸੀ ਯਾਨੀ ਕਿ 1919 ਦੇ ਵਿੱਚੋਂ ਇਸ ਨੂੰ ਜਨ ਗਣ ਜੋ ਹੈ ਭਾਰਤ ਦਾ ਰਾਸ਼ਟਰੀ ਗਾਣ ਤਾਂ ਇਸ ਦਾ ਅੰਗਰੇਜ਼ੀ ਦੇ ਵਿੱਚ ਅਨੁਵਾਦ ਕੀਤਾ ਗਿਆ ਸੀਗਾ ਇਸ ਤਰ੍ਹਾਂ 1919 ਦੇ ਵਿੱਚ ਵੀ ਤੁਹਾਨੂੰ ਪਤਾ ਹੋਵੇਗਾ ਜਲਿਆਂਵਾਲਾ ਬਾਗ ਹੱਤਿਆ ਕਾਂਡ ਹੋਇਆ ਸੀਗਾ ਤਾਂ ਇਸ ਪੁਆਇੰਟ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ 13 ਅਪ੍ਰੈਲ 1919 ਦੇ ਵਿੱਚ ਜਲਿਆਂਵਾਲਾ ਬਾਗ ਹੱਤਿਆ ਕਾਂਡ ਹੋਇਆ ਸੀ ਅੰਮ੍ਰਿਤਸਰ ਦੇ ਵਿੱਚ ਜਿਸ ਦੇ ਪਿੱਛੇ ਜ਼ਿੰਮੇਵਾਰ ਹੈ ਜਨਰਲ ਡਾਇਰ ਤਾਂ ਹੁਣ ਆਪਾਂ ਨੈਕਸਟ ਮੂਵ ਕਰਦੇ ਹਾਂ ਜੀ ਜੇਕਰ ਵੀਡੀਓ ਹਾਰਫੁਲ ਲੱਗ ਰਹੀ ਤਾਂ ਪਲੀਜ਼ ਇਸ ਵੀਡੀਓ ਨੂੰ ਵਾਤਵਾਤ ਸ਼ੇਅਰ ਐਂਡ ਲਾਈਕ ਵੀ ਕਰ ਦਿਓ ਬੰਦੇ ਮਾਤਰਮ ਨੂੰ ਰਾਸ਼ਟਰੀ ਗੀਤ ਦਾ ਜਿਹੜਾ ਦਰਜਾ ਹੈ ਇਹ ਕਦੋਂ ਦਿੱਤਾ ਗਿਆ ਸੀਗਾ ਹਾਂਜੀ ਇਸ ਤ ਆਪਣੇ ਕੋਲ ਸਹੀ ਆਨਸਰ ਹੋਵੇਗਾ অপਸ਼ਨ ਨੰਬਰ A ਯਾਨੀ ਕਿ 1905 ਬੰਦੇ ਮਾਤਰਮ ਜੋ ਕਿ ਪਾਰ ਦਾ ਰਾਸ਼ਟਰੀ ਗੀਤ ਹੈ ਜੋ ਕਿ ਬੈਕਮ ਚੰਦਰ ਚਾਟਰਜੀ ਦੀ ਰਚਨਾ ਹੈ ਤਾਂ ਇਸ ਨੂੰ ਰਾਸ਼ਟਰੀ ਗੀਤ ਦਾ ਜਿਹੜਾ ਦਰਜਾ ਹੈ ਇਹ ਦਿੱਤਾ ਗਿਆ ਸੀ 1905 ਦੇ ਵਿੱਚੋਂ ਐੜੇ ਕਲਕੱਤਾ ਦੇ ਅਧਿਵੇਸ਼ਨ ਦੇ ਵਿੱਚ ਪਹਿਲੀ ਵਾਰ ਗਾਇਆ ਗਿਆ ਸੀਗਾ 1896 ਦੇ ਵਿੱਚ ਨੈਕਸਟ ਆਪਾਂ ਦੇਖਦੇ ਹਾਂ ਬੰਦੇ ਮਾਤਮ ਗੀਤ ਦਾ ਉਰਦੂ ਵਿੱਚ ਅਨਵਾਦ ਕਿਸ ਨੇ ਕੀਤਾ ਸੀ ਸੋ ਗੱਲ ਕੀਤੀ ਗਈ ਹੈ ਬੰਦੇ ਮਾਤਮ ਜਿਹੜਾ ਗੀਤ ਹੈ ਤਾਂ ਇਸ ਦਾ ਉਰਦੂ ਦੇ ਵਿੱਚ ਅਨਵਾਦ ਕਿਸ ਨੇ ਕੀਤਾ ਸੀ ਆਨਸਰ ਆਪਾਂ ਦੇਖਦੇ ਹਾਂ ਸੀ ਕਰੈਕਟ ਆਨਸਰ ਬਣੇਗਾ আরিਫ ਮੁਹੰਮਦ ਖਾਨ আরিਫ ਮੁਹੰਮਦ ਖਾਨ ਨੇ ਬੰਦੇ ਮਾਤਮ ਗੀਤ ਦਾ ਉਰਦੂ ਦੇ ਵਿੱਚ ਅਨੁਵਾਦ ਕੀਤਾ ਸੀ ਸੀ ਸਹੀ ਆਨਸਰ ਬਣੇਗਾ ਨੈਕਸਟ ਆਪਾਂ ਦੇਖਦੇ ਹਾਂ ਭਾਰਤ ਸਰਕਾਰ ਵੱਲੋਂ ਮੋਰ ਨੂੰ ਭਾਰਤ ਦਾ ਰਾਸ਼ਟਰੀ ਪੰਛੀ ਕਦੋਂ ਘੋਸ਼ਿਤ ਕੀਤਾ ਗਿਆ ਸੀਗਾ ਇਹ ਕੁਸ਼ਨ ਪੁੱਛਿਆ ਗਿਆ ਆਨਸਰ ਦੇਖ ਲੈਂਦੇ ਆਂ ਡੀ ਸਹੀ ਆਨਸਰ ਬਣੇਗਾ 26 ਜਨਵਰੀ 1963 26 ਜਨਵਰੀ 1963 ਨੂੰ ਭਾਰਤ ਸਰਕਾਰ ਵੱਲੋਂ ਮੋਰ ਨੂੰ ਭਾਰਤ ਦਾ ਰਾਸ਼ਟਰੀ ਪੰਛੀ ਘੋਸ਼ਿਤ ਕੀਤਾ ਗਿਆ ਸੀ ਤਾਂ ਡੀ ਸਹੀ ਆਨਸਰ ਬਣੇਗਾ ਆਪਸ਼ਨ ਡੀ ਭਾਰਤ ਸਰਕਾਰ ਵੱਲੋਂ ਹਾਥੀ ਨੂੰ ਭਾਰਤ ਦਾ ਰਾਸ਼ਟਰੀ ਵਿਰਾਸਤ ਪਸ਼ੂ ਕਦੋਂ ਕੋਸ਼ਿਤ ਕੀਤਾ ਗਿਆ ਸੀ? ਐਗਜ਼ਾਮ ਚ ਐਵੇਂ ਵੀ ਕੁਸ਼ਣ ਬਣ ਸਕਦਾ ਹੈ ਕਿ ਪਾਰ ਦਾ ਰਾਸ਼ਟਰੀ ਵਿਰਾਸਤ ਪਸ਼ੂ ਕਿਹੜਾ ਹੈ? ਤਾਂ ਆਂਸਰ ਜਿਹੜਾ ਤੁਹਾਡਾ ਹੋਵੇਗਾ ਉਹ ਹੋਵੇਗਾ ਹਾਥੀ। ਤਾਂ ਇਹਦਾ ਵੀ ਆਪਾਂ ਆਂਸਰ ਦੇਖਦੇ ਹਾਂ। ਇਹ ਸਹੀ ਆਂਸਰ ਬਣੇਗਾ 21 ਅਕਤੂਬਰ 2010 ਦੇ ਵਿੱਚ ਹਾਥੀ ਨੂੰ ਪਾਰ ਦਾ ਰਾਸ਼ਟਰੀ ਵਿਰਾਸਤ ਪਸ਼ੂ ਕੋਸ਼ਿਤ ਕੀਤਾ ਗਿਆ ਸੀ। ਤਾਂ ਇਹ ਬਿਲਕੁਲ ਸਹੀ ਆਂਸਰ ਬਣੇਗਾ। ਪਾਰ ਦਾ ਰਾਸ਼ਟਰੀ ਦਿਵਸ ਕਿਹੜਾ ਹੈ? ਇਹ ਕੁਸ਼ਣ ਪੁੱਛਿਆ ਗਿਆ ਹੈ। ਹਾਂਜੀ 15 ਅਗਸਤ 26 ਜਨਵਰੀ ਅਤੇ 2 ਅਕਤੂਬਰ ਇਹ ਸਾਰੇ ਹੀ ਭਾਰਤ ਦੇ ਰਾਸ਼ਟਰੀ ਦਿਵਸ ਹਨ ਡੀ ਬਿਲਕੁਲ ਸਹੀ ਆਨਸਰ ਹੈਗਾ 15 ਅਗਸਤ ਯਾਨੀ ਕਿ ਆਜ਼ਾਦੀ ਦਿਹਾੜਾ ਚ ਆਜ਼ਾਦੀ ਦਿਵਸ 26 ਜਨਵਰੀ ਗਣਤੰਤਰ ਦਿਵਸ 2 ਅਕਤੂਬਰ ਗਾਂਧੀ ਜਨਮ ਦਿਨ ਤਾਂ ਡੀ ਸਹੀ ਆਨਸਰ ਬਣੇਗਾ ਇਹ ਸਾਰੇ ਹੀ ਭਾਰਤ ਦੇ ਰਾਸ਼ਟਰੀ ਦਿਵਸ ਹਨ ਨੈਕਸਟ ਭਾਰਤ ਦਾ ਰਾਸ਼ਟਰੀ ਫੁੱਲ ਕਿਹੜਾ ਹੈ ਹਾਂਜੀ ਪਾਰ ਦਾ ਰਾਸ਼ਟਰੀ ਜਿਹੜਾ ਫੁੱਲ ਹੈ ਉਹ ਹੈ ਕਮਲ ਏ ਸਹੀ ਆਨਸਰ ਬਣੇਗਾ ਵੈਸੇ ਐਦਾਂ ਦੇ ਇਗਜ਼ਾਮ ਚ ਕੁਸ਼ਨ ਨਹੀਂ ਪੁੱਛੇ ਜਾਂਦੇ ਇਹ ਹਰੇਕ ਵਿਦਿਆਰਥੀ ਨੂੰ ਪਤਾ ਹੁੰਦਾ ਹੈ ਨੈਕਸਟ ਆਪ ਦੇਖਦੇ ਹਾਂ ਭਾਰਤ ਦੇ ਰਾਸ਼ਟਰੀ ਪੰਛੀ ਮੋਰ ਦਾ ਵਿਗਿਆਨਿਕ ਨਾਮ ਕੀ ਹੈ ਸੋ ਐਦਾਂ ਦੇ ਜਿਹੜੇ ਕੁਸ਼ਨ ਹਨ ਉਹ ਪੁੱਛ ਲਏ ਜਾਂਦੇ ਹਨ ਤਾਂ ਇਹ ਦਾ ਜਿਹੜਾ ਆਪਣੇ ਕੋਲ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਏ ਐਨਕੀ ਪਾਵੋ ਕ੍ਰਿਸਟੇਟਸ ਪਾਵੋ ਕ੍ਰਿਸਟੇਟਸ ਭਾਰਤ ਦੇ ਰਾਸ਼ਟਰੀ ਪੰਛੀ ਮੋਰ ਦਾ ਵਿਗਿਆਨਿਕ ਨਾਮ ਹੈ ਇਸ ਤਲਵਾ ਪਾਰ ਦਾ ਜਿਹੜਾ ਰਾਸ਼ਟਰੀ ਪਸ਼ੂ ਹੈ ਟਾਈਗਰ ਤਾਂ ਉਹਦਾ ਜਿਹੜਾ ਵਿਗਿਆਨਿਕ ਨਾਮ ਹੈ ਉਹ ਹੈ ਪੈਂਥਰਾ ਟ੍ਰਾਈ ਗ੍ਰਿਸ ਇਹ ਆਪਣੇ ਕੋਲ ਪਾਰਤ ਦੇ ਰਾਸ਼ਟਰੀ ਪਸ਼ੂ ਦਾ ਵਿਗਿਆਨਿਕ ਨਾਮ ਹੈ ਸੋ ਇਸ ਪੁਆਇੰਟ ਨੂੰ ਵੀ ਤੁਸੀਂ ਇੱਥਾਂ ਦੇ ਵਿੱਚ ਰੱਖ ਸਕਦੇ ਹੋ ਨੈਕਸਟ ਆਪਾਂ ਦੇਖਦੇ ਹਾਂ ਅਸ਼ੋਕ ਚੱਕਰ ਦੇ ਵਿੱਚ ਕੁੱਲ ਕਿੰਨੀਆਂ ਸੌਰੀ ਅਸ਼ੋਕ ਚੱਕਰ ਵਿੱਚ ਕੁੱਲ ਤੀਲੀਆਂ ਦੀ ਗਿਣਤੀ 24 ਹੈ ਤਾਂ ਇਹਨਾਂ ਦਾ ਰੰਗ ਕਿਹੜਾ ਹੈ ਇਹ ਕੁਐਸਚਨ ਪੁੱਛਿਆ ਗਿਆ ਹੈ ਤਾਂ ਇਹਦਾ ਜਿਹੜਾ ਆਪਣੇ ਕੋਲ ਸਹੀ ਜਵਾਬ ਬਣੇਗਾ ਉਹ ਬਣੇਗਾ অপਸ਼ਨ ਸੀ ਯਾਨੀ ਕਿ ਨੀਲਾ ਜਾਂ ਬਲੂ अशोक ਚੱਕਰ ਦੇ ਵਿੱਚ ਕੁੱਲ ਤਿਲੀਆਂ ਦੀ ਗਿਣਤੀ 24 ਹੈ ਇਹਨਾਂ ਦਾ ਕਲਰ ਹੈ ਨੀਲਾ ਐਡਜीडी 24 ਤਿਲੀਆਂ ਦੀ ਗਿਣਤੀ ਹੈ ਤਾਂ ਇਹ ਆਪਾਂ ਨੂੰ ਕੀ ਸੰਕੇਤ ਦਿੰਦੀ ਹੈ ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ ਭਾਰਤ ਦੇ ਰਾਸ਼ਟਰੀ ਗਾਣ ਜਨ ਗਨ ਮਨ ਨੂੰ ਗਾਉਣ ਦੇ ਵਿੱਚ ਕਿੰਨਾ ਸਮਾਂ ਲੱਗਦਾ ਹੈ ਇਸ ਕੁਸ਼ਚਨ ਦਾ ਵੀ ਆਨਸਰ ਹਰੇਕ ਵਿਦਿਆਰਥੀ ਨੂੰ ਪਤਾ ਹੋਣਾ ਚਾਹੀਦਾ ਹੈ ਅੱਜ ਜਿਹੜਾ ਇਹ ਆਪਣੇ ਕੋਲ ਸਹੀ ਆਨਸਰ ਬਣੇਗਾ ਉਹ ਬਣੇਗਾ 52 ਸੈਕਿੰਡ ਪਾਰ ਦਾ ਜਿਹੜਾ ਰਾਸ਼ਟਰੀ ਗਾਣਾ ਹੈ ਜਨ ਗਣ ਮਨ ਇਸ ਨੂੰ ਗਾਉਣ ਵਿੱਚ ਕੁੱਲ ਸਮਾਂ ਲੱਗਦਾ ਹੈ 52 ਸੈਕਿੰਡ ਦਾ ਸਹੀ ਸਮਾਂ ਵੈਸੇ ਕੱਟਬੱਧ ਵੀ ਹੋ ਸਕਦਾ ਹੈ ਇਸ ਤਰ੍ਹਾਂ ਜਿਹੜਾ ਪਾਰ ਦਾ ਰਾਸ਼ਟਰੀ ਗੀਤ ਹੈ ਤਾਂ ਉਸ ਨੂੰ ਗਾਉਣ ਦੇ ਵਿੱਚ ਕੁੱਲ ਸਮਾਂ ਲੱਗਦਾ ਹੈ 65 ਸੈਕਿੰਡ ਦਾ 1 ਮਿੰਟ 5 ਸੈਕਿੰਡ ਨੈਕਸਟ ਆਪਾਂ ਦੇਖਦੇ ਹਾਂ ਭਾਰਤ ਦੇ ਰਾਸ਼ਟਰੀ ਗੀਤ ਦੇ ਰਚਨਹਾਰ ਹਨ ਭਾਰਤ ਦਾ ਜਿਹੜਾ ਰਾਸ਼ਟਰੀ ਗੀਤ ਹੈ ਇਸ ਤੇ ਰਚਨਾ ਕਰਨ ਹਨ ਬਕਮ ਚੰਦਰ ਚਾਟਰਜੀ ਏ ਬਿਲਕੁਲ ਸਹੀ ਆਨਸਰ ਬਣੇਗਾ ਭਾਰਤ ਦਾ ਰਾਸ਼ਟਰੀ ਦਰਖਤ ਕਿਹੜਾ ਹੈ ਹਾਂਜੀ ਇਸ ਤੇ ਆਪਣੇ ਕੋਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਯਾਨੀ ਕਿ ਬਰਗਦ ਭਾਰਤ ਦਾ ਰਾਸ਼ਟਰੀ ਦਰਖਤ ਕਿਹੜਾ ਹੈ ਆਨਸਰ ਹੋਵੇਗਾ ਬਰਗਦ ਦਾ ਏ ਸਹੀ ਆਨਸਰ ਬਣੇਗਾ ਨੈਕਸਟ ਡੌਲਫਿਨ ਨੂੰ ਭਾਰਤ ਦੀ ਰਾਸ਼ਟਰੀ ਜਲ ਜੀਵ ਕਦੋਂ ਕੋਸ਼ਤ ਕੀਤਾ ਗਿਆ ਸੀ ਆਨਸਰ ਦੇਖਦੇ ਹਾਂ ਸੀ ਸਹੀ ਆਨਸਰ ਬਣੇਗਾ 2010 ਦੇ ਵਿੱਚ एग्जाम ਚਾਵੇਂ ਵੀ ਕੁਸ਼ਨ ਪੁੱਛਿਆ ਜਾ ਸਕਦਾ ਹੈ ਕਿ ਭਾਰਤ ਦਾ ਰਾਸ਼ਟਰੀ ਜਲ ਜੀਵ ਕਿਹੜਾ ਆਨਸਰ ਹੋਵੇਗਾ ਡੌਲਫਿਨ ਤਾਂ ਸੀ ਇਹ ਸਹੀ ਆਨਸਰ ਬਣੇਗਾ 2010 ਦੇ ਵਿੱਚ ਡੌਲਫਿਨ ਨੂੰ ਭਾਰਤ ਦੀ ਰਾਸ਼ਟਰੀ ਜਲ ਜੀਵ ਕੋਸ਼ਤ ਕੀਤਾ ਗਿਆ ਸੀ ਨੈਕਸਟ ਭਾਰਤ ਦੇ ਰਾਸ਼ਟਰੀ ਝੰਡੇ ਤਿਰੰਗੇ ਦੀ ਜੁੜੀ ਲੰਬਾਈ ਅਤੇ ਚੁੜਾਈ ਦਾ ਅਨੁਪਾਤ ਕੀ ਹੈ ਸੋ ਗੱਲ ਕੀਤੀ ਗਈ ਆ ਲੰਬਾਈ ਅਤੇ ਚੁੜਾਈ ਦੀ ਤਾਂ ਆਂਸਰ ਬਣੇਗਾ 3 ਅਨੁਪਾਤ 2 ਇਗਜ਼ਾਮ ਚ ਕੋਸ਼ਣ ਨੂੰ ਕੁਮਾ ਕੇ ਪੁੱਛਿਆ ਜਾ ਸਕਦਾ ਹੈ ਭਾਰ ਦੇ ਰਾਸ਼ਟਰੀ ਝੰਡੇ ਤਿਰੰਗੇ ਦੀ ਚੁੜਾਈ ਅਤੇ ਲੰਬਾਈ ਦਾ ਅਨੁਪਾਤ ਕੀ ਹੈ ਫਿਰ ਆਂਸਰ ਜਿਹੜਾ ਬਣੇਗਾ ਉਹ ਬਣੇਗਾ 2 ਅਨੁਪਾਤ 3 ਕਨਫਿਊਜ਼ ਨਹੀਂ ਹੋਣਾ ਕੋਸ਼ਣ ਨੂੰ ਧਿਆਨ ਨਾਲ ਪੜ੍ਹਨਾ ਐਂਡ ਆਂਸਰ ਟਿੱਕ ਕਰਨਾ ਹੈ ਨੈਕਸਟ ਆਪਾਂ ਦੇਖਦੇ ਆਂ ਰਾਸ਼ਟਰੀ ਗਾਣ ਦੀ ਜਿਹੜੀ ਮੂਲ ਭਾਸ਼ਾ ਹੈ ਉਹ ਕਿਹੜੀ ਸੀਗੀ ਹਾਂਜੀ ਇਸ ਤੋਂ ਆਪਣੇ ਕੋਲ ਸਹੀ ਆਨਸਰ ਬਣੇਗਾ ਆਪਸ਼ਨ ਡੀ ਯਾਨੀ ਕਿ ਬੰਗਲਾ ਰਾਸ਼ਟਰੀ ਗਾਣ ਦੀ ਜਿਹੜੀ ਮੂਲ ਭਾਸ਼ਾ ਸੀ ਓਸੀ ਬੰਗਲਾ ਨੈਕਸਟ ਰਾਸ਼ਟਰੀ ਗਾਣ ਦੇ ਵਿੱਚ ਕੁੱਲ ਕਿੰਨੀਆਂ ਲਾਈਨਾਂ ਹਨ ਹਾਂਜੀ ਭਾਰਤ ਦਾ ਜਿਹੜਾ ਰਾਸ਼ਟਰੀ ਗਾਣ ਹੈ ਜਨ ਗਨ ਮਨਤਾ ਇਸទੀਆਂ ਜਿਹੜੀਆਂ ਕੁੱਲ ਲਾਈਨਾਂ ਹਨ ਉਹ ਹਨ 13 ਬੀ ਬਿਲਕੁਲ ਸਹੀ ਆਨਸਰ ਬਣੇਗਾ ਨੈਕਸਟ ਅਮਰ ਸੋਨਾਰ ਬੰਗਲਾ ਦੀ ਰਚਨਾ ਕਿਸ ਨੇ ਕੀਤੀ ਸੀ ਹਾਂਜੀ ਅਮਲ ਸੌਰੀ ਅਮਰ ਸੁਨਾਰ ਬੰਗਲਾ ਦੀ ਜਿਹੜੀ ਰਚਨਾ ਇਹ ਕੀਤੀ ਸੀ ਰਬਿੰਦਰਨਾਥ ਟੈਗੋਰ ਨੇ ਸੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਸੀ ਭਾਰਤ ਦੇ ਰਾਸ਼ਟਰੀ ਗਾਣ ਨੂੰ 27 ਦਸੰਬਰ 1911 ਦੇ ਵਿੱਚ ਕਿਹੜੇ ਅਦਿਵੇਸ਼ਣ ਦੇ ਵਿੱਚ ਗਾਇਆ ਗਿਆ ਸੀਗਾ ਇਗਜ਼ਾਮ ਇਗਜ਼ਾਮ ਵਿੱਚ ਐਵੇਂ ਵੀ ਕੁਸ਼ਨ ਬਣ ਸਕਦਾ ਹੈ ਭਾਰਤ ਦਾ ਜਿਹੜਾ ਰਾਸ਼ਟਰੀ ਗਾਣਾ ਹੈ ਜਨ ਗਨ ਮਨ ਇਸ ਨੂੰ ਕਦੋਂ ਗਾਇਆ ਗਿਆ ਸੀ ਤਾਂ ਆਨਸਰ ਬਣੇਗਾ 27 ਦਸੰਬਰ 1911 ਦੇ ਵਿੱਚ ਕਿੱਥੇ ਗਾਇਆਗਾ ਸਹੀ ਫਿਰ ਆਨਸਰ ਬਣੇਗਾ ਕੋਲਕਾਤਾ ਦੇ ਵਿੱਚ ਇਹ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਏ ਨੈਕਸਟ ਬੰਦੇ ਮਾਤਰਮ ਦੀ ਰਚਨਾ ਕਿਹੜੀ ਭਾਸ਼ਾ ਵਿੱਚ ਹੈ ਹਾਂਜੀ ਬੰਦੇ ਮਾਤਰਮ ਚ ਉਹ ਤਾਂ ਇਸ ਦੀ ਜਿਹੜੀ ਰਚਨਾ ਹੈ ਉਹ ਹੈ ਆਪਣੇ ਕੋਲ ਆਪਸ਼ਨ ਡੀ ਸੰਸਕ੍ਰਿਤ ਡੀ ਬਿਲਕੁਲ ਸਹੀ ਆਨਸਰ ਬਣੇਗਾ ਸੰਸਕ੍ਰਿਤ ਭਾਸ਼ਾ ਦੇ ਵਿੱਚ ਹੈ ਭਾਰਤ ਦੇ ਰਾਸ਼ਟਰੀ ਗੀਤ ਦੀ ਤੁਣ ਕਿਸ ਨੇ ਬਣਾਈ ਸੀਗੀ ਕੌਣ ਦੀ ਗੱਲ ਕੀਤੀ ਗਈ ਹੈ ਆਨਸਰ ਬਣੇਗਾ ਪੰਨਾ ਲਾਲ ਕੋਸ਼ ਡੀ ਬਿਲਕੁਲ ਸਹੀ ਆਨਸਰ ਬਣੇਗਾ ਕਾ ਬਣੇਗਾ ਪੰਨਾ ਲਾਲ ਕੋਸ਼ ਨੇ ਪਾਰ ਦੇ ਰਾਸ਼ਟਰੀ ਗੀਤ ਦੀ ਤੁਣ ਬਣਾਈਆਂ ਤਾਂ ਡੀ ਬਿਲਕੁਲ ਸਹੀ ਆਨਸਰ ਬਣੇਗਾ ਤੁਸੀਂ ਪਿਛਲੇ ਪੇਪਰ ਉਠਾ ਕੇ ਦੇਖ ਸਕਦੇ ਹੋ ਉਹਨਾਂ ਦੇ ਵਿੱਚ ਇਹ ਕੁਸ਼ਨ ਬਹੁਤ ਵਾਰ ਪੁੱਛਿਆ ਜਾ ਚੁੱਕਾ ਹੈ ਕਿ ਪਾਰ ਦਾ ਜਿਹੜਾ ਰਾਸ਼ਟਰੀ ਗੀਤ ਹੈ ਤਾਂ ਉਸ ਦੀ ਤੁਣ ਕਿਸ ਨੇ ਬਣਾਈਆਂ ਆਨਸਰ ਬਣੇਗਾ ਪੰਨਾ ਲਾਲ ਕੋਸ਼ ਇਸ ਤਰ੍ਹਾਂ ਜਿਹੜੇ ਵਿਦਿਆਰਥੀ ਮਾਸਟਰ ਕੈਡਰ ਇਗਜ਼ਾਮ ਦੀ ਤਿਆਰੀ ਕਰ ਰਹੇ ਹਨ ਐਸਐਸਟੀ ਸਬਜੈਕਟ ਦੀ ਤਾਂ ਤੁਸੀਂ ਆਪਣੇ ਕੋਲ ਐਸਐਸਟੀ ਦੇ ਜਿਹੜੇ ਸਾਰੇ ਨੋਟਸ ਹਨ ਉਹ ਵੀ ਲੈ ਸਕਦੇ ਹੋ ਜੇਕਰ ਤੁਸੀਂ ਨੋਟਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਇਸ ਨੰਬਰ ਤੇ ਕਾਲ ਕਰ ਸਕਦੇ ਹੋ 951734454 ਇਸ ਨੰਬਰ ਤੇ ਕਾਲ ਵੀ ਕਰ ਸਕਦੇ ਹੋ ਐਂਡ ਵਟਸਐਪ ਦੇ ਥਰੂ ਮੈਸੇਜ ਵੀ ਕਰ ਸਕਦੇ ਹੋ ਲਗਭਗ ਸਾਰੇ ਜਿਹੜਾ ਮਟੀਰੀਅਲ ਐਸਐਸਟੀ ਦਾ ਉਹ ਰੈਡੀ ਹੈ ਉਹ ਤੁਸੀਂ ਲੈ ਸਕਦੇ ਹੋ ਨੈਕਸਟ ਆਪਾਂ ਦੇਖਦੇ ਹਾਂ ਭਾਰਤ ਦਾ ਰਾਸ਼ਟਰੀ ਦਸਤਾਵੇਜ਼ ਕਿਹੜਾ ਹੈ ਜੀ ਭਾਰਤ ਦਾ ਜਿਹੜਾ ਰਾਸ਼ਟਰੀ ਦਸਤਾਵੇਜ਼ ਹੈ ਉਹ ਹੈ ਸਫੇਦ ਪੱਤਰ ਯਾਨੀ ਕਿ ਚਿੱਟਾ ਪੱਤਰ ਬੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਬੀ ਨੈਕਸਟ ਭਾਰਤ ਦਾ ਰਾਸ਼ਟਰੀ ਪੁਰਸਕਾਰ ਕਿਹੜਾ ਹੈ ਭਾਰਤ ਦਾ ਜਿਹੜਾ ਰਾਸ਼ਟਰੀ ਪੁਰਸਕਾਰ ਹੈ ਉਹ ਹੈ ਭਾਰਤ ਰਤਨ ਬੀ ਬਿਲਕੁਲ ਸਹੀ ਆਨਸਰ ਬਣੇਗਾ ਬਹੁਤ ਸਿੰਪਲ ਕੁਐਸਚਨ ਸੀ ਭਾਰਤ ਦਾ ਪਾਰਤ ਦਾ ਰਾਸ਼ਟਰੀ ਸਮਾਰਕ ਕਿਹੜਾ ਹੈ ਤਾਂ ਇਹਦਾ ਜਿਹੜਾ ਆਪਣੇ ਕੋਲ ਸਹੀ ਆਨਸਰ ਬਣੇਗਾ ਉਹ ਬਣੇਗਾ অপਸ਼ਨ ਡੀ ਐਨ ਕੀ ਇੰਡੀਆ ਗੇਟ ਇੰਡੀਆ ਗੇਟ ਪਾਰਤ ਦਾ ਰਾਸ਼ਟਰੀ ਸਮਾਰਕ ਹੈ ਤਾਜ ਮਹਿਲ ਕਿੱਥੇ ਹੈ ਇਹ ਹੈ ਆਪਣੇ ਕੋਲ ਆਗਰਾ ਦੇ ਵਿੱਚ ਤਾਂ ਇੱਥੇ ਡੀ ਬਿਲਕੁਲ ਸਹੀ ਆਨਸਰ ਬਣ ਜਾਵੇਗਾ ਸੰਵਿਧਾਨ ਦੀ 8ਵੀਂ ਅਨੁਸੂਚੀ ਦੇ ਵਿੱਚ ਭਾਰਤ ਦੀਆਂ ਕਿੰਨੀਆਂ ਪਿਸ਼ਾਵਾਂ ਨੂੰ ਮਾਨਤਾ ਮਿਲੀ ਹੋਈ ਹੈ ਤਾਂ ਇਹਦਾ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ A یعنی ਕਿ 22 ਸੰਵਿਧਾਨ ਦੇ ਵਿੱਚ 8ਵੀਂ ਸੂਚੀ ਦੇ ਵਿੱਚ ਭਾਰਤ ਦੀਆਂ 22 ਪਛਾਣਾਂ ਨੂੰ ਮੰਨਤ ਮਿਲੀ ਹੋਈ ਹੈ ਜਿਦੇ ਵਿੱਚ ਆਪਣੀ ਪੰਜਾਬੀ ਭਾਸ਼ਾ ਵੀ ਹੈ ਇਹ ਬਿਲਕੁਲ ਸਹੀ ਆਨਸਰ ਬਣ ਜਾਵੇਗਾ ਨੈਕਸਟ ਭਾਰਤ ਦੀ ਰਾਸ਼ਟਰੀ ਮਠਿਆਈ ਕਿਹੜੀ ਹੈ ਇਸ ਕੁਸ਼ਨ ਦਾ ਵੀ ਆਨਸਰ ਹਰੇਕ ਸਟੂਡੈਂਟਸ ਨੂੰ ਪਤਾ ਲੱਗਿਆ ਹੋਵੇਗਾ ਆਨਸਰ ਬਣੇਗਾ ਆਪਸ਼ਨ B یعنی ਕਿ ਜਲੇਬੀ ਜਲੇਬੀ ਜੋ ਹੈ ਇਹ ਭਾਰਤ ਦੀ ਰਾਸ਼ਟਰੀ ਮਠਿਆਈ ਹੈ ਤਾਂ B ਬਿਲਕੁਲ ਸਹੀ ਆਨਸਰ ਬਣੇਗਾ ਸੋ ਇਸ ਦੇ ਨਾਲ ਹੀ ਅੱਜ ਦੀ ਆਪਣੀ ਇਹ ਵੀਡੀਓ ਇੱਥੇ ਸਮਾਪਤ ਹੁੰਦੀ ਹੈ ਸੋ ਉਮੀਦ ਕਰਦਾ ਹਾਂ ਕਿ ਇਹ ਵੀਡੀਓ ਤੁਹਾਨੂੰ ਬਹੁਤ ਹੀ ਜ਼ਿਆਦਾ ਹੈਲਪਫੁੱਲ ਲੱਗੀ ਹੋਵੇਗੀ ਸੋ ਪਲੀਜ਼ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਕੇ ਜਾਣਾ ਹੈ ਐਂਡ ਜਿਹੜੇ ਵਿਦਿਆਰਥੀ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਹੀ ਬੈਲ ਆਈਕਨ ਤੇ ਜ਼ਰੂਰ ਪ੍ਰੈਸ ਕਰ ਲਵੋ ਤਾ ਜੋ ਅੱਗੇ ਆਉਣ ਵਾਲੀਆਂ ਹਰੇਕ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ ਇਸ ਤਰ੍ਹਾਂ ਆਪਣੇ ਬਹੁਤ ਸਾਰੇ ਬੈਚ ਵੀ ਜਿਹੜੇ ਹਨ ਉਹ ਸਟਾਰਟ ਹੋ ਚੁੱਕੇ ਹਨ ਜੇਕਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਐਪਲੀਕੇਸ਼ਨ ਤੇ ਵਿਸਟ ਕਰਕੇ ਦੇਖ ਸਕਦੇ ਹੋ ਐਪਲੀਕੇਸ਼ਨ ਦਾ ਨਾਮ ਹੈ ਸਟੱਡੀ ਪੁਆਇੰਟ 44 ਹਾਂਜੀ ਪਲੇ ਸਟੋਰ ਤੇ ਵਿਸਟ ਕਰਨਾ ਉੱਥੇ ਮੈਂਸ਼ਨ ਕਰਨਾ ਹੋਵੇਗਾ ਸਟੱਡੀ ਪੁਆਇੰਟ 44 ਤਾਂ ਤੁਹਾਡੇ ਸਾਹਮਣੇ ਐਪ ਸ਼ੋਅ ਕਰ ਜਾਵੇਗਾ ਐਪ ਨੂੰ ਤੁਸੀਂ ਡਾਊਨਲੋਡ ਕਰ ਲੈਣਾ ਤਾਂ ਉੱਥੇ ਤੁਹਾਨੂੰ ਬਹੁਤ ਸਾਰੇ ਬੈਚ ਵੀ ਪ੍ਰੋਵਾਈਡ ਕੀਤੇ ਹੋਏ ਹਨ ਬਹੁਤ ਹੀ ਘੱਟ ਫੀਸ ਦੇ ਵਿੱਚ ਤਾਂ ਉਹਨਾਂ ਨੂੰ ਤੁਸੀਂ ਬਾਏ ਵੀ ਕਰ ਸਕਦੇ ਹੋ ਹੁਣ ਆਪਾਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚੋਂ ਥੈਂਕ ਯੂ